ਇਹ ਬਾਈ ਜੀ ਹੋਰਾਂ ਨੇ ਆਪਾਂ ਨੂੰ ਗਿਫਟ ਦਿੱਤੇ ਨੇ ਤੇ ਮੈਂ ਤੁਹਾਨੂੰ ਇਹਦੀ ਅਨਬੋਕਸਿੰਗ ਕਰਕੇ ਦਿਖਾਉਣਾ ਤੇ ਥੈਂਕ ਯੂ ਭਾਜੀ ਇਹਦੇ ਵਾਸਤੇ ਠੀਕ ਹੈ ਇਹ ਤੁਹਾਨੂੰ ਦੱਸਦੀ ਬਿਲਕੁਲ ਜੈਨੂਇਨਲੀ ਇਹ ਸੈਕਿੰਡ ਡੇ ਅਸੀਂ ਆਏ ਹਾਂ ਪਾਉ ਅਗਲੇ ਪਹਿਲਾਂ ਹੀ ਸੈਕਿੰਡ ਡੇ ਅਸੀਂ ਬਾਈ ਜੀ ਹੋਰਾਂ ਨੂੰ ਮਿਲ ਨਹੀਂ ਆਏ ਸੀਗੇ ਤੇ ਇਹਨਾਂ ਨੇ ਸਾਨੂੰ ਫਿਰ ਤਿਆਰ ਕਰਵਾ ਕੇ ਦਿੱਤਾ ਕਿਉਂਕਿ ਸਡਨਲੀ ਸਾਡਾ ਜਿਹੜਾ ਇੱਧਰ ਸਵੱਬ ਬਣਿਆ ਤੇ ਸਡਨਲੀ ਇਹਨਾਂ ਨੂੰ ਪਤਾ ਲੱਗਾ ਇਹਨਾਂ ਨੇ ਕਾਲ ਕਰ ਲਈ ਤੇ ਬਸ ਉਦੋਂ ਹੋਇਆ ਨੀ ਅੱਜ ਸੈਕਿੰਡ ਡੇ ਅਸੀਂ ਆਏ ਹਾਂ ਤਾਂ ਬਾਈ ਜੀ ਹੋਰਾਂ ਨੇ ਅੱਜ ਤੁਹਾਨੂੰ ਮੈਂ ਦਿਖਾਉਣਾ ਰੋਸ਼ਾਦ ਸਟੱਡ ਫਾਰਮ ਦਾ ਜਿਹੜਾ ਬਣਾ ਕੇ ਸਿਰਸਾ ਦਾ ਦਿੱਤਾ ਬਹੁਤ ਵਧੀਆ ਤਿੰਨ ਕੱਪ ਦਿੱਤੇ ਨੇ ਇੱਧਰ ਬਾਈ ਬੁੱਟਰ ਨੂੰ ਦਿੱਤਾ ਇੱਕ ਆਪਣਾ ਵੀਰ ਇਹਨਾਂ ਨੂੰ ਦਿੱਤਾ ਥੈਂਕ ਯੂ ਕਰਦੇ ਆ ਓਕੇ ਭਾਜੀ ਹਾਂਜੀ ਜਿੱਦਾਂ ਕਿ ਆਪਾਂ ਫਾਰਮ 'ਤੇ ਵਿਜ਼ਿਟ ਕੀਤਾ ਵਿਜ਼ਿਟ ਟੂ ਫਾਰਮ ਸੀਰੀਜ਼ ਚੱਲ ਰਹੀ ਹੈ ਇਹਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਸੋਸ਼ਲ ਮੈਸੇਜ ਦਵਾਉਂਦੇ ਹੁੰਦੇ ਹਾਂ ਉਦੋਂ ਪਹਿਲਾਂ ਬਾਈ ਜੀ ਹੋਰਾਂ ਤੋਂ ਪੁੱਛਦੇ ਹਾਂ ਭਾਜੀ DSS ਰੁਸ਼ਾਦ ਜਿਹੜਾ ਫਾਰਮ ਹੈ ਇਹਦਾ ਕੀ ਫੁੱਲ ਫਾਰਮ ਕੀ ਹੈ ਜੀ DSS ਰੁਸ਼ਾਦ ਤਾਂ ਜੀ ਘੋੜੇ ਦਾ ਨਾਮ ਹੈ ਜੀ ਉਸੇ ਨਾਮ ਦੇ ਘੋੜੇ ਦੇ ਨਾਮ ਤੋਂ ਹੀ ਇਹ ਫਾਰਮ ਹੈ ਜੀ ਠੀਕ ਹੈ ਜਿਹੜਾ DSS ਹੈ ਉਹ ਡੇਰਾ ਸੱਚਾ ਸੌਦਾ ਸਿਰਸਾ ਜਾਵਾਂਗੇ ਫਾਰਮ ਤੇ ਵਿਜ਼ਿਟ ਕਰਾਂਗੇ ਉਹਨਾਂ ਤੋਂ ਦਵਾਵਾਂਗੇ ਤੇ ਸੋਸ਼ਲ ਮੈਸੇਜ ਆਪਾਂ ਬ੍ਰਦਰ ਤੋਂ ਦਵਾਉਂਦੇ ਹਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸੋਸ਼ਲ ਮੈਸੇਜ ਤਾਂ ਇਹ ਹੈ ਜੀ ਆਪਾਂ ਜੋ ਵੀ ਕੰਮ ਕਰਦੇ ਹਾਂਗੇ ਆਪਣਾ ਆਪਦੇ ਵਾਸਤੇ ਤਾਂ ਆਪਾਂ ਕੰਮ ਕਰ ਹੀ ਰਹੇ ਹਾਂ ਓਬਵੀਅਸਲੀ ਹਾਂਜੀ ਹਾਂਜੀ ਜੀ ਜਿਵੇਂ ਆਪਣੇ ਕਈ ਵਾਰੀ ਗਰੀਬ ਬੱਚੇ ਹੁੰਦੇ ਆ ਉਹਨਾਂ ਨੂੰ ਆਪਾਂ ਦੇਖਦੇ ਹਾਂ ਵੀ ਕੋਈ ਬੂਟ ਪੋਲਿਸ਼ ਕਰ ਰਿਹਾ ਕੋਈ ਹਾਂਜੀ ਕੰਮ ਕਰ ਰਹੇ ਆ ਵੀ ਬੱਚੇ ਜਿਹੜੇ ਜੀ ਬਾਈ ਜੀ ਉਹਨਾਂ ਨੂੰ ਆਪਾਂ ਥੋੜਾ ਥੋੜਾ ਕਰਕੇ ਵੀ ਉਹਨਾਂ ਨੂੰ ਆਪਾਂ ਉਹਨਾਂ ਦੀਆਂ ਫੀਸਾਂ ਭਰ ਦਈਏ ਸਟੱਡੀ ਕਰਵਾਈਏ ਜੀ ਜਾਂ ਜਿਵੇਂ ਕੀ ਆ ਭਰੂਣ ਹੱਤਿਆ ਏ ਉਹਨਾਂ ਵੱਲੋਂ ਬਿਲਕੁਲ ਲੋਕਾਂ ਨੂੰ ਜਾਗਰੂਕ ਕਰਾਉਣਾ ਚਾਹੀਦਾ ਵੀ ਨਹੀਂ ਹੋਣੀ ਚਾਹੀਦੀ ਹੋਈ ਜੀ ਬਾਈ ਜੀ ਤੇ ਬਾਕੀ ਜਿੰਨਾ ਵੀ ਹੋ ਸਕੇ ਆਪਾਂ ਥੋੜੀ ਥੋੜੀ ਚੀਜ਼ ਨਾਲ ਪੜ੍ਹਾਈ ਤੇ ਆਪਾਂ ਬੱਚਿਆਂ ਨੂੰ ਹਰ ਇੱਕ ਬੱਚਾ ਪੜ੍ਹ ਸਕਦਾ ਜੀ ਆਪਣਾ ਠੀਕ ਹੈ ਜੀ ਬਾਕੀ ਬੋਲੀ ਤਾਂ ਆਪਾਂ ਨੂੰ ਭਾਸ਼ਾ ਤਾਂ ਹਰ ਇੱਕ ਸਿੱਖਣੀ ਚਾਹੀਦੀ ਹੈ ਠੀਕ ਹੈ ਜੀ ਜਿਹੜੀ ਆਪਣੀ ਆਪਦੀ ਮਾਂ ਭਾਸ਼ਾ ਦੀ ਮਾਂ ਬੋਲੀ ਉਹਨੂੰ ਤਾਂ ਅੱਬਲ ਰੱਖਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਠੀਕ ਹੈ ਪੌਦੇ ਵੀ ਲਾਉਣੇ ਚਾਹੀਦੇ ਆ ਪੌਦੇ ਵੀ ਲਾਉਣੇ ਚਾਹੀਦੇ ਮੈਂ ਮੈਸੇਜ ਦੇ ਦਿੰਦਾ ਪੜੋ ਲਿਖੋ ਤੇ ਮਾਂ ਬੋਲੀ ਨੂੰ ਨਾ ਛੱਡੋ ਬਿਲਕੁਲ ਜੀ ਤੇ ਲੈਂਗੁਏਜ ਹਰ ਸਿੱਖੋ ਇੰਗਲਿਸ਼ ਜਿੰਨੀ ਤੁਹਾਡੇ ਤੋਂ ਇੰਗਲਿਸ਼ ਸਿੱਖੋ ਅੱਜ ਦੇ ਟਾਈਮ 'ਚ ਕਿਉਂਕਿ ਇੰਗਲਿਸ਼ ਨਾਲ ਤੁਹਾਨੂੰ ਇਹ ਬੈਨੀਫਿਟ ਆ ਤੁਸੀਂ ਅਲੱਗ ਅਲੱਗ ਕੰਟਰੀਆਂ ਜਾਓਗੇ ਅਗਰ ਮੰਨ ਲਓ ਐਬਰੋਡ ਜਾਂਦੇ ਹੋ ਘੁੰਮਣ ਫਿਰਨ ਕੋਈ ਜ਼ਰੂਰੀ ਨਹੀਂ ਵੀ ਉੱਥੇ ਜਾ ਕੇ ਆਪਾਂ ਜਿਹੜਾ ਸਟੇਅ ਕਰਨਾ ਹੈ ਆਪਾਂ ਘੁੰਮਣ ਵੀ ਜਾ ਸਕਦੇ ਹਾਂ ਇੰਗਲਿਸ਼ ਇੱਕ ਕਾਮਨ ਲੈਂਗੁਏਜ ਹੈ ਇਹਨੂੰ ਸਿੱਖੋ ਔਰ ਮਾਂ ਪਿਓ ਦੀ ਇੱਜ਼ਤ ਕਰੋ ਠੀਕ ਹੈ ਆਪਦੀ ਤਰੱਕੀ ਕਰੋ ਆਪਦੇ ਪਰਿਵਾਰ ਦੀ ਕਰੋ ਪੌਦੇ ਲਾਓ ਔਰ ਕੁੜੀਆਂ ਨੂੰ ਬਚਾਓ ਅਤੇ ਪੜ੍ਹਾਓ ਇਹ ਜੀ ਐਪੀਸੋਡ ਵਿਜ਼ਿਟ ਟੂ ਫਾਰਮ ਅਤੇ ਕਿੰਨਾ ਨੰਬਰ ਹੈ ਉਹ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਿਉਂਕਿ ਆਪਾਂ ਹੁਣ ਇਹ ਕਿਹੜੇ ਨੰਬਰ 'ਤੇ ਮੈਂ ਪਾਊਂਗਾ ਇਸ ਦਾ ਤਾਂ ਮੈਨੂੰ ਵੀ ਨਹੀਂ ਪਤਾ DSS ਰੋਸ਼ਾਦ ਸਟੱਡ ਫਾਰਮ 'ਤੇ ਆਪਾਂ ਆਏ ਹੋਏ ਹਾਂ ਜਿੱਦਾਂ ਕਿ ਪਹਿਲੀ ਵੀਡੀਓ 'ਤੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਵੀ ਨੁਕਰਿਆਂ ਦਾ ਅਲੱਗ ਤੋਂ ਐਪੀਸੋਡ ਬਣਾ ਰਿਹਾ ਔਰ ਮਾਰਵਾੜੀ ਦਾ ਅਲੱਗ ਤੋਂ ਅਤੇ ਇਹ ਆਪਣਾ ਮਾਰਵਾੜੀ ਦਾ ਜਿਹਨੇ ਇਦੋਂ ਪਹਿਲਾਂ ਨੁਕਰਿਆਂ ਦਾ ਨਹੀਂ ਦੇਖਿਆ ਗਾ ਤਾਂ ਜਾ ਕੇ ਪਹਿਲਾਂ ਉਹ ਵੀਡੀਓ ਵੀ ਦੇਖ ਲਓ ਮੈਂ ਹੈ ਵਾਪਸ ਰਿਪੀਟ ਕਰਦਾ DSS ਰੋਸ਼ਾਦ ਸਟੱਡ ਫਾਰਮ 'ਤੇ ਅਤੇ ਆਪਣੇ ਵਾਲਾ ਬਾਈ ਤੇਜਿੰਦਰ ਜੀ ਅਤੇ ਇਹਨਾਂ ਦਾ ਸਭ ਤੋਂ ਫੇਮਸ ਮਾਰਵਾੜੀ ਘੋੜਾ ਰੋਮੀਓ ਠੀਕ ਹੈ ਜੀ ਕੰਨ ਦੇਖੋ ਬਹੁਤ ਸ਼ੌਕੀਨ ਹੈ ਠੀਕ ਹੈ ਮੱਥੇ ਪਟਾ ਅਤੇ ਰਿਜ਼ਲਟ ਇਹਦੇ ਆਪਾਂ ਹੁਣ ਇੱਥੇ ਥੋੜ੍ਹੀ ਦੇਰ ਬਾਅਦ ਦਿਖਾਵਾਂਗੇ ਆਪਣੇ ਬਾਈ ਜੀ ਸਭ ਤੋਂ ਵੱਡੀ ਗੱਲ ਹੈ ਵੀ ਆਮ ਆਪਾਂ ਸਟਾਲੀਅਨ ਦੇਖ ਲੈਂਦੇ ਹਾਂ ਰਿਜ਼ਲਟ ਨਹੀਂ ਆਪਣੇ ਕੋਲ ਹੁੰਦੇ ਇਹਨਾਂ ਦੀਆਂ ਜਿਹੜੀ ਦੋਵੇਂ ਗੱਲਾਂ ਹੈ ਆਪਣੇ ਕੋਲ ਸਟਾਲੀਅਨ ਵੀ ਹੈ ਇਹਦੇ ਰਿਜ਼ਲਟ ਵੀ ਹੈ ਅਤੇ ਆਪਾਂ ਕਰਦੇ ਹੁਣ ਇਹਨਾਂ ਨਾਲ ਗੱਲਾਂ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਹੋ ਜੀ ਅੱਛਾ ਇਹ ਰੋਮੀਓ ਹੈ ਤੁਹਾਡਾ ਜੀ ਬਾਈ ਸਭ ਤੋਂ ਪਹਿਲਾਂ ਤਾਂ ਬਾਈ ਜੀ ਇਹਦੀ ਸਟੱਡ ਜਿਹੜੀ ਇਹ ਤੁਸੀਂ ਸਟੱਡ ਫਾਰਮ ਦੀ ਸ਼ੁਰੂਆਤ ਕਦੋਂ ਕੀਤੀ ਉਹ ਦੱਸੋ ਸਟੱਡ ਫਾਰਮ ਦੀ ਸ਼ੁਰੂਆਤ ਹੋਈ ਹੈ ਸਾਡੀ ਵੈਸੇ ਤਾਂ ਅਸੀਂ 94 ਦੇ ਵਿੱਚ ਘੋੜਾ ਆਇਆ ਸੀਗਾ ਉਦੋਂ ਇੱਕੋ ਹੀ ਘੋੜਾ ਸੀਗਾ ਉਸ ਤੋਂ ਬਾਅਦ ਇਹ ਰੂਸ਼ਾਦ ਘੋੜਾ ਆ ਗਿਆ ਠੀਕ ਹੈ ਜੀ ਫਿਰ ਹੌਲੀ ਹੌਲੀ ਰੂਸ਼ਾਦ ਦੇ ਬੱਚੇ ਆਏ ਆਗੇ ਠੀਕ ਹੈ ਤੇ ਹੌਲੀ ਹੌਲੀ ਫਿਰ ਮਾਰਵਾੜੀ ਮਾਰਵਾੜੀ 'ਚ ਆ ਗਏ ਜੀ ਠੀਕ ਹੈ ਮਾਰਵਾੜੀ ਲਿਆਂਦਾ ਸੀ ਅਸੀਂ ਇੱਕ ਬੱਚਾ ਲਿਆਂਦਾ ਸੀ ਭੀਲਵਾੜੇ ਤੋਂ ਜੀ ਅੱਛਾ ਜੀ ਠੀਕ ਹੈ ਜੀ ਉਹਦਾ ਨਾਂ ਸੀਗਾ ਸਾਡੇ ਨਾਂ ਤਾਂ ਸੀਗਾ ਕੁੱਕੂ ਬਾਕੀ ਤੁਸੀਂ ਦਾਨਾ ਘੋੜਾ ਦਾਨਾ ਨਾਂ ਸੁਣਿਆ ਹੋਣਾ ਹਾਂਜੀ ਹਾਂਜੀ ਦਾਨਾ ਘੋੜਾ ਆਪਣੇ ਐਸੇ ਰੂਸ਼ਾਦ ਸਟੱਡ ਫਾਰਮ ਦਾ ਇੱਕ ਘੋੜਾ ਸੀਗਾ ਜੀ ਠੀਕ ਹੈ ਜੀ ਠੀਕ ਹੈ ਮਹਿਰਨਾ ਪਿੰਡਾ ਮਲੇਰਕੋਟਲੇ ਕੋਲੇ ਹਾਂਜੀ ਆਪਾਂ ਉਹਨਾਂ ਨੂੰ ਸੇਲ ਕੀਤਾ ਸੀਗਾ ਓਕੇ ਵੈਸੇ ਉਹਨਾਂ ਨੇ ਵੀ ਹੁਣ ਕਰਤਾ ਇਹ ਉਸੇ ਦਾਨੇ ਘੋੜੇ ਦਾ ਇਹ ਬੱਚਾ ਦਾ ਬੱਚਾ ਜੀ ਬਾਈ ਕੰਨਾਂ ਦਾ ਬਹੁਤ ਜ਼ਿਆਦਾ 4.5 ਸਾਲ ਦਾ ਹੋ ਗਿਆ ਠੀਕ ਹੈ 4.5 ਸਾਲ ਹਾਂਜੀ ਬਾਈ ਇਹਦੇ ਰਿਜ਼ਲਟ ਵੀ ਹੁਣ ਆਪਣੇ ਕੋਲੇ ਆ ਗਏ ਆ ਠੀਕ ਹੈ ਤੇ ਇਹਦੀ 64 ਪਲੱਸ ਹਾਈਟ ਆ ਗਈ ਇਹਦੀ ਠੀਕ ਹੈ ਨਾਪਾਂ ਨੂੰ ਤਾਂ 65 ਹੀ ਨੱਪ ਜਾਊ ਪਰ 64 ਪਲੱਸ ਕਹਿੰਦੇ ਆਪਾਂ ਠੀਕ ਹੈ ਇਹਦੀ ਬਾਡੀ ਮਾਰਕਿੰਗ ਬਾਰੇ ਦੱਸੋ ਜੀ ਬਾਡੀ ਮਾਰਕਿੰਗ ਬਾਈ ਬਾਕੀ ਤਾਂ ਬਿਲਕੁਲ ਬਲੈਕ ਹੈ ਜੀ ਠੀਕ ਹੈ
ਇਹਦੀ ਮਾਰਕਿੰਗ ਬੋਡੀ ਮਾਰਕਿੰਗ ਪਟਾ ਔਰ ਕੰਨ ਬਹੁਤ ਹੀ ਤੁਹਾਡੇ ਸਾਹਮਣੇ ਹੀ ਹੈ ਜੀ ਦੇਖੋ ਕੁੰਡੀਦਾਰ ਕੰਨ ਹੈ ਔਰ ਸਿਰਫ ਇੱਕ ਪਟਾ ਪਟਾ ਕਈਆਂ ਘੋੜਿਆਂ ਤੁਸੀਂ ਦੇਖਿਆ ਹੋਣਾ ਇੱਕ ਨੱਕ ਤੇ ਆ ਜਾਂਦਾ ਹਾਂਜੀ ਹਾਂਜੀ ਇੱਕ ਨੱਕ ਬਲੈਕ ਹੈ ਇੱਕ ਵਾਈਟ ਹੋ ਜਾਂਦਾ ਠੀਕ ਹੈ ਬਿਲਕੁਲ ਸੈਂਟਰ ਦੇ ਵਿੱਚ ਹੈ ਜੀ ਇਸ ਤਰ੍ਹਾਂ ਦੀ ਮਾਰਕਿੰਗ ਬਹੁਤ ਹੀ ਘੱਟ ਮਿਲਦੀ ਹੈ ਠੀਕ ਹੈ ਜੀ ਠੀਕ ਹੈ ਬਾਕੀ ਇਹਦੇ ਆਪਣਾ ਕੰਠ ਮਨ ਹੋ ਗਿਆ ਜੀ ਠੀਕ ਹੈ ਠੀਕ ਹੈ ਜੀ ਦੇਵ ਮਨ ਹੋ ਗਿਆ ਦੇਵ ਬੱਚਿਆਂ ਦੇ ਜਿਹੜੇ ਹੇਅਰ ਆ ਗਏ ਹਾਂਜੀ ਉਹ ਬਹੁਤ ਹੀ ਦੇਖੋ ਤੁਸੀਂ ਇਹਨੂੰ ਸੈੱਟ ਕਰੋ ਹਾਂਜੀ ਬਹੁਤ ਹੀ ਲੰਬੇ ਆ ਜੀ ਕੁੰਡੇ ਵੀ ਲੱਗਦੇ ਹੋਏ ਮਤਲਬ ਇਹ ਖੂਬਸੂਰਤੀ ਆ ਮਾਰਵਾੜੀ ਦੀ ਬਿਲਕੁਲ ਮਾਰਵਾੜੀ ਖੂਬਸੂਰਤੀ ਹੈ ਜੋ ਕਹੀਏ ਆਪਾਂ ਮਾਰਵਾੜੀ ਸੁਣਾ ਚਾਹੀਦਾ ਭਾਜੀ ਮਾੜਾ ਜਿਹਾ ਘੁਮਾ ਦਿਓ ਆਪਾਂ ਦਿਖਾ ਦਈਏ ਅੱਗੇ ਪੂਛ ਪਾ ਕੇ ਦੇਖੋ ਜੀ ਇਹਦਾ ਠੀਕ ਹੈ ਜੀ ਠੀਕ ਹੈ ਅਸੀਂ ਲਿਆਓ ਭਾਜੀ ਲਿਆਓ ਕਿਸੇ ਦਾ ਪੂਰਾ ਉਹ ਹੈਗਾ ਜੀ ਠੀਕ ਹੈ ਜੀ ਬਾਕੀ ਹਜੇ ਪੰਜਾਰੇ ਨਹੀਂ ਲੱਗਿਆ ਜੀ ਹਜੇ ਜੀ ਹਾਈਟ ਦਾ ਅੱਧਾ ਪੌਣਾ ਇੰਚ ਹਾਈਟ ਇਹ ਹੋਰ ਵੀ ਕਰ ਦਿਓ ਠੀਕ ਹੈ ਜੀ ਠੀਕ ਅੱਛਾ ਭਾਜੀ ਇਹਨੂੰ ਡਾਈਟ ਵਗੈਰਾ ਕੀ ਦੇ ਰਹੇ ਹੋ ਡਾਇਟ ਵਗੈਰਾ ਤਾਂ ਜਿਵੇਂ ਹੁਣ ਸਰਦੀਆਂ ਦੀ ਡਾਇਟ ਤਾਂ ਅਸੀਂ ਬੰਦ ਕਰਤੀ ਹੈ ਭਾਜੀ ਅੱਛਾ ਜੀ ਹਾਂ ਹੁਣ ਇਹਨਾਂ ਨੂੰ ਡਾਇਟ ਅਲੱਗ ਤੋਂ ਹੋ ਗਈ ਜਿਵੇਂ ਬਾਜਰਾ ਵਗੈਰਾ ਸੀਗਾ ਸੋਇਆਬੀਨ ਚੱਲ ਰਹੀ ਸੀ ਹਾਂਜੀ ਉਹ ਆਪਾਂ ਘਿਓ ਵੀ ਦੇ ਰਹੇ ਸੀ ਇਹਨਾਂ ਨੂੰ ਹਾਂਜੀ ਉਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਬੰਦ ਕਰਤੀਆਂ ਬਾਈ ਜੀ ਠੀਕ ਹੈ ਜੀ ਠੀਕ ਅਤੇ ਹੁਣ ਜ਼ਿਆਦਾ ਧਿਆਨ ਆਪਣਾ ਵੀ ਇਹਨਾਂ ਨੂੰ ਲਾਈਟ ਜੀ ਡਾਇਟ ਦਿੱਤੀ ਜਾਵੇ ਔਰ ਕਹਿੰਦਾ ਮਤਲਬ ਠੰਡੀ ਚੀਜ਼ ਹੋਵੇ ਅੱਗੇ ਆਉਣ ਵਾਲਾ ਸਮਾਂ ਆਪਣਾ ਤੁਹਾਨੂੰ ਪਤਾ ਵੀ ਗਰਮੀ ਦਾ ਆ ਗਿਆ ਗਰਮੀ ਦਾ ਆ ਗਿਆ ਜੀ ਠੀਕ ਹੈ ਹਾਂਜੀ ਬਾਈ ਜੀ ਕੀ ਕੁਛ ਦੇ ਰਹੇ ਹੋ ਜੀ ਗਰਮੀ ਦੀ ਡਾਇਟ 'ਚ ਗਰਮੀ ਦੀ ਡਾਇਟ ਤਾਂ ਬਾਈ ਜੀ ਹੁਣ ਇਹਨਾਂ ਨੂੰ ਚਣਾ ਚੱਲਦਾ ਜੀ ਹਾਂਜੀ ਜਿਉਂ ਦੋ ਚਾਰ ਦਿਨ ਹੋ ਗਏ ਚਾਲੂ ਕਰਤੇ ਆ ਇਹਨਾਂ ਦੇ ਠੀਕ ਔਰ ਜਮੀ ਚੱਲ ਰਹੀ ਹੈ ਬਾਈ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਬਾਈ ਜੀ ਅੱਛਾ ਭਾਜੀ ਇਹਦੇ ਰਿਜ਼ਲਟ ਵੀ ਤੁਹਾਡੇ ਕੋਲ ਹੈਗੇ ਨੇ ਹਾਂਜੀ ਬਾਈ ਜੀ ਹੋਰ ਮਤਲਬ ਮਾਰਵਾੜੀ ਦਾ ਸੈਕਸ਼ਨ ਜਿੱਦਾਂ ਕਿ ਆਪਾਂ ਸਟਾਰਟਿੰਗ 'ਚ ਦੱਸਿਆ ਸੀ ਜੀ ਬਾਈ ਜੀ ਉਹ ਸਾਨੂੰ ਦਿਖਾਓ ਜੀ ਤੁਸੀਂ ਜੀ ਬਾਈ ਜੀ ਇੱਧਰ ਆਪਣੇ ਹੈਗੇ ਬਾਈ ਆਜੋ ਭਾਜੀ ਆਜੋ ਲਓ ਜੀ ਅੱਛਾ ਇਹ ਮਾਰਵਾੜੀ ਦਾ ਸੈਕਸ਼ਨ ਅਲੱਗ ਕੀਤਾ ਇਹ ਬਹੁਤ ਵਧੀਆ ਗੱਲ ਲੱਗੀ ਮੈਨੂੰ ਤੁਹਾਡੀ ਵੀ ਨੁਕਰੇ ਅਲੱਗ ਹੈ ਅਤੇ ਮਾਰਵਾੜੀ ਦਾ ਸੈਕਸ਼ਨ ਅਲੱਗ ਹੈ ਇੱਧਰ ਇਹ ਜਿਹੜਾ ਪੋਰਸ਼ਨ ਹੈ ਸਾਰਾ ਮਾਰਵਾੜੀ ਹੈ ਜੀ ਓਕੇ ਜੀ ਓਕੇ ਠੀਕ ਹੈ ਅੱਛਾ ਇਹ ਮਾਰਵਾੜੀ ਦਾ ਸੈਕਸ਼ਨ ਹੈ ਜੀ ਹਾਂਜੀ ਬਾਈ ਠੀਕ ਹੈ ਜੀ ਇਹ ਰਿਜ਼ਲਟ ਜੀ ਇਹ ਰਿਜ਼ਲਟ ਆਪਣੇ ਇਸ ਘੋੜੇ ਦਾ ਜੀ ਰੋਮੀਓ ਦਾ ਜੀ ਲੰਘ ਜਾਓ ਭਾਜੀ ਤੁਸੀਂ ਅੱਗੇ ਇੱਧਰ ਦੀ ਸਾਈਡ 'ਤੇ ਆ ਜਾਓ ਬਸ ਇੱਥੇ ਆ ਜਾਓ ਭਾਜੀ ਕੋਈ ਨਹੀਂ ਅੰਦਰ ਦੀ ਲੋੜ ਹੀ ਨਹੀਂ ਅੱਛਾ ਜੀ ਦੱਸੋ ਜੀ ਇਹ ਰੋਮੀਓ ਦਾ ਰਿਜ਼ਲਟ ਆ ਬਾਈ ਜੀ ਠੀਕ ਹੈ ਮੂੰਹ ਕਰੋ ਜੀ ਬੱਚੇ ਨੂੰ ਇੱਧਰ ਕਰ ਲਓ ਹਾਂਜੀ ਇਹ ਹੋ ਗਿਆ ਜੀ 16 ਦਿਨ ਦਾ ਬੱਚਾ ਹੋ ਗਿਆ ਜੀ ਇਹ ਠੀਕ ਹੈ 16 ਜਾਂ 18 ਦਿਨ ਦਾ ਹੋ ਗਿਆ ਜੀ ਹਾਂਜੀ ਤੇ ਇਹਦੀ ਮਾਰਕਿੰਗ ਜਾਨੀ ਰੋਮੀਓ ਤੋਂ ਵੀ ਵਧੀਆ ਮਾਰਕਿੰਗ ਆਈ ਇਹਦੀ ਕੰਨਾਂ ਦੀ ਵਾਹ ਜੀ ਵਾਹ ਕੰਨ ਵਗੈਰਾ ਇੱਧਰ ਕਰੋ ਬ੍ਰਦਰ ਵਾਹ ਜੀ ਵਾਹ ਵਾਕਈ ਬਹੁਤ ਹੀ ਕੁੰਡੀਦਾਰ ਕੰਨ ਆਇਆ ਜੀ ਠੀਕ ਹੈ ਇਹ ਘੋੜੀ ਜੀ ਹਾਂਜੀ ਬਾਈ ਜੀ ਇਹਦਾ ਮਤਲਬ ਕਿੱਥੋਂ ਡੇਰੇ ਦੀ ਆਪਣੀ ਨਹੀਂ ਇਹ ਆਪਾਂ ਪਰਚੇਜ਼ ਕੀਤੀ ਸੀ ਬਾਹਰੋਂ ਜੀ ਪਰਚੇਜ਼ ਕੀਤੀ ਹੈ ਠੀਕ ਹੈ ਗੱਬੜੇ ਆਪਾਂ ਰੋਮੀਓ ਤੋਂ ਕਰਵਾਈ ਅੱਛਾ ਜੀ ਹੁਣ ਅੱਗੇ ਅੱਗੇ ਇਸ ਤੋਂ ਫੇਰ ਗੱਬਣਾ ਜੀ ਫੇਰ ਗੱਬਣਾ ਠੀਕ ਹੈ ਇਹ ਬੱਚੇ ਬੁੱਚੇ ਸੇਲ ਵਾਸਤੇ ਜਾਂ ਤੁਸੀਂ ਹਾਂ ਸੇਲ ਵਾਸਤੇ ਬਾਈ ਇਹ ਕਿੰਨੇ ਦਾ ਜੀ ਇਹਦਾ ਵੈਸੇ ਅਸੀਂ ਰਿਜ਼ਲਟ ਇਹਦਾ ਘੱਟੋ ਘੱਟ ਇਸ ਟਾਈਮ ਦਾ 4.5 ਲੱਖ ਰੁਪਇਆ ਠੀਕ ਹੈ ਮੇਲ ਹੈ ਕਿ ਮੇਲ ਹੈ ਜੀ ਮੇਲ ਹੈ ਜੀ ਠੀਕ ਹੈ ਬਹੁਤ ਪਟਾ ਪੁਟਾ ਤੇ ਕੰਨਾਂ ਦਾ ਬਹੁਤ ਸ਼ੌਕੀਨ ਆ ਬਾਕੀ ਸਰੀਫ ਬਹੁਤ ਹੈ ਜੀ ਅੱਛਾ ਵਾਹ ਜੀ ਰਾਂਝੇ ਇਹਦਾ ਨਾਮ ਹੈ ਰਾਂਝਾ ਰਾਂਝੇ ਅੱਛਾ ਰਾਂਝਾ ਇਹਦਾ ਨਾਮ ਰਾਂਝਾ ਰੱਖਿਆ ਇਹ ਠੀਕ ਹੈ ਇਹ ਜਿੰਨੇ ਦੇ ਰੋਮੀਓ ਦੇ ਆਰਤੀ ਰੱਖੇ ਆ ਇਹਦੇ ਨਾਲ ਆਰਤੀ ਰੱਖੇ ਆ ਇਹ ਬਹੁਤ ਇਹਦਾ ਨਾਮ ਹੈ ਰੈਂਬੋ ਠੀਕ ਹੈ ਜੀ ਆਜੋ ਭਾਜੀ ਇਹਦੇ ਬਾਰੇ ਦੱਸੋ ਅੱਛਾ ਜੀ ਇਹ ਜਿਹੜਾ ਰਿਜ਼ਲਟ ਹੈ ਇਹ ਉਹ ਤੋਂ ਛੋਟਾ ਹੈ ਜੀ ਅੱਛਾ ਇਹ 12 ਕੁ ਦਿਨ ਦਾ ਹੋਏਗਾ ਜੀ ਮਤਲਬ ਰੋਮੀਓ ਦੇ ਬੱਚਿਆਂ ਦਾ ਨਾਮ ਸਾਰਿਆਂ ਦਾ ਤੁਸੀਂ ਆਰਤੀ ਆਰਤੀ ਰੱਖਾਂਗੇ ਜੀ ਉਹਦਾ ਨਾਮ ਜੋ ਵੀ ਬੱਚੇ ਆਉਣਗੇ ਉਹ ਆਰਤੀ ਰੱਖਾਂਗੇ ਠੀਕ ਹੈ ਬਸ ਰਾਮ ਨਾਲ ਵਾਹ ਜੀ ਵਾਹ ਇਹ ਵੀ ਕੰਨਾ ਕੁੰਨਾ ਦਾ ਬਿਲਕੁਲ ਸੇਮ ਹੀ ਆ ਜੀ ਉਵੇਂ ਠੀਕ ਹੈ ਰੈਂਬੋ ਰੈਂਬੋ ਵਾਕੇ ਭਾਜੀ ਅੱਛਾ ਭਾਜੀ ਆ ਮੈਂ ਦੇਖ ਰਿਹਾ ਤੁਸੀਂ ਜਿਹੜਾ ਨਾ ਗੱਠਾ ਬਣਾ ਕੇ ਪਰਾਲੀ ਦੀਆਂ ਰੱਖ ਰੱਖੀਆਂ ਇਹ ਕੀ ਇਹਦਾ ਸਿਸਟਮ ਇਹਦਾ ਕਾਰਨ ਕੀ ਹੈ ਜੀ ਇੱਕ ਤਾਂ ਇਹਨਾਂ ਦੀ ਥੱਲੇ ਮਿੱਟੀ ਨਹੀਂ ਰਹਿੰਦੀ ਨਹੀਂ ਬੱਚਾ ਹਮੇਸ਼ਾ ਮਹੀਨਾ ਡੇਢ ਮਹੀਨੇ ਤੱਕ ਮਿੱਟੀ ਖਾਂਦਾ ਜੀ ਠੀਕ ਹੈ ਜੀ ਤਾਂ ਮਿੱਟੀ ਤੋਂ ਬਚਾਅ ਹੋ ਜਾਂਦਾ ਜੀ ਵਾਹ ਜੀ ਬਾਕੀ ਇਹਨਾਂ ਦੇ ਬੈਠਣ ਨੂੰ ਤੇ ਅੱਛਾ ਅੱਛਾ ਇਹ ਚੰਗਾ ਰਹਿੰਦਾ ਜੀ ਇਹ ਹੋਰਸ ਲਵਰ ਵਾਸਤੇ ਇੱਕ ਨਵੀਂ ਚੀਜ਼ ਜਿਹੜੀ ਹੈ ਨਾ ਹਾਂ ਹਾਂਜੀ ਡੇਢ ਮਹੀਨੇ ਤੱਕ ਤਾਂ ਬੱਚੇ ਤੁਸੀਂ ਪਰਾਲੀ ਰੱਖੋ ਚਾਹੇ ਗਰਮੀਆਂ ਸਰਦੀਆਂ ਕੁਝ ਵੀ ਹੈ ਠੀਕ ਹੈ ਜੀ ਠੀਕ ਹੈ ਵੈਰੀ ਗੁੱਡ ਅੱਛਾ ਇਹ ਵੀ ਸੇਲ ਵਾਸਤੇ ਭਾਜੀ ਹਾਂਜੀ ਇਹ ਵੀ ਸੇਲ ਇਹ ਮੇਲ ਹੈ ਕਿ ਫੀਮੇਲ ਮੇਲ ਹੈ ਜੀ ਇਹ ਵੀ ਮੇਲ ਹੈ ਅੱਛਾ ਇਹ ਵੀ ਉਹੀ ਰੇਟ ਹੈ ਭਾਜੀ ਹਾਂਜੀ ਉਹੀ ਰੇਟ ਹੈ ਜੀ ਇਹਦਾ ਠੀਕ ਆ ਉਹ ਅੱਗੇ ਕਨਸੀਵ ਹੋ ਗਈ ਕਿ ਨਹੀਂ ਹਾਂਜੀ ਇਹ ਅਲੀਸ਼ਾਨ ਦੀ ਬੱਚੀ ਹੈ ਜੀ ਅੱਛਾ ਅਲੀਸ਼ਾਨ ਦੀ ਅਲੀਸ਼ਾਨ ਦੀ ਬੱਚੀ ਹੈ ਜੀ ਜਿਹੜਾ ਰੋਮੀਓ ਦਾ ਬੱਚਾ ਆ ਰੋਮੀਓ ਤੋਂ ਕ੍ਰੋਸ ਸੀਗੀ ਜੀ ਠੀਕ ਹੈ ਅਲੀਸ਼ਾਨ ਦੀ ਬੱਚੀ ਹੈ ਜੀ ਠੀਕ ਹੈ ਭਾਜੀ ਅੱਗੇ ਉਧਰ ਜੀ ਪ੍ਰਭਾਤ ਇਹਨਾਂ 'ਚੋਂ ਇੱਕ ਤਾਂ ਪ੍ਰਭਾਤ ਦਾ ਬੱਚਾ ਜੀ ਇਹ ਅੱਛਾ ਜੀ ਠੀਕ ਹੈ ਇਹ ਆਪਾਂ ਪਰਚੇਜ਼ ਕੀਤੇ ਆ ਭਾਜੀ ਪਰਚੇਜ਼ ਕੀਤੇ ਆ ਜੀ ਭਾਜੀ ਠੀਕ ਹੈ ਇਹ ਗੁਲਜ਼ਾਰ ਆ ਹਾਂਜੀ ਹਾਂਜੀ ਉਹਦੇ ਬੱਚੇ ਜੀ ਸੁਰਿਆਲੀ ਦੇ ਠੀਕ ਹੈ ਜੀ ਠੀਕ ਹੈ ਇਹ ਰਤਨਾਕਰ ਬਲੱਡ ਲਾਈਨ ਚੋਂ ਬਾਈ ਜੀ ਵਾਹ ਜੀ ਵਾਹ ਇਹਦੇ ਵੀ ਕੰਨਾਂ ਦੀ ਬਹੁਤ ਹੀ ਬਰੀਕੀ ਹੈ ਜੀ ਇਹ ਇਹਦੇ ਬਾਰੇ ਦੱਸੋ ਜੀ ਕੁਛ ਤੁਸੀਂ ਕੀ ਨਾਮ ਹੈ ਜੀ ਇਹਦਾ ਕੋਹਿਨੂਰ ਕੋਹਿਨੂਰ ਹੈ ਕੋਹਿਨੂਰ ਇਹਦਾ ਨਾਮ ਕੋਹਿਨੂਰ ਠੀਕ ਹੈ ਠੀਕ ਹੈ ਠੀਕ ਹੈ ਜੀ ਉਹਦਾ ਨਾਮ ਹੈਗਾ ਸੂਰਜ ਜੀ ਸੂਰਜ ਠੀਕ ਉਹ ਸਿੰਧੀ ਘੋੜਾ ਜੀ
ਇਹਦੀ ਇੱਕ ਤਾਂ ਬਰੀਕੀ ਬਹੁਤ ਹੈ ਜੀ, ਇੱਕ ਮੱਥੇ ਇਹਦੇ ਫੁੱਲ ਹੈ ਜੀ। ਅੱਛਾ, ਕਿਉਂਕਿ ਰਤਨਾਕਰ ਬਲੱਡ ਲਾਈਨ ਦਾ ਤੁਸੀਂ ਸੁਣਿਆ ਹੀ ਹੋਣਾ ਜੀ। ਹਾਂਜੀ ਹਾਂਜੀ ਬਿਲਕੁਲ, ਚੰਗੀ ਬਲੱਡ ਲਾਈਨ ਆ, ਬਹੁਤ ਹੀ ਬਰੀਕੀਆਂ ਆਉਂਦੀਆਂ ਇਹਦੇ ਚ। ਠੀਕ ਹੈ ਜੀ, ਤੇ ਫੁੱਲ ਇਹਦਾ ਰਿਜ਼ਲਟ ਵੀ ਇਹਦੇ ਵਧੀਆ। ਵੈਸੇ ਇਹ ਅਸੀਂ ਘੋੜੀਆਂ ਦੇ ਉੱਪਰ ਨਹੀਂ ਛੱਡਦੇ। ਅੱਛਾ, ਵੈਸੇ ਰਾਈਡਿੰਗ ਰਾਈਡਿੰਗ ਵਾਸਤੇ ਰੱਖਿਆ ਹੋਇਆ ਜੀ। ਠੀਕ ਹੈ ਠੀਕ ਹੈ, ਚਲੋ ਜੀ ਆ ਜਾਓ ਇੱਧਰ ਦੱਸੋ ਜੀ। ਇਹ ਵੀ ਮਾਰਵਾੜੀ ਚ ਆ ਗਈ ਆ ਜੀ। ਠੀਕ ਹੈ ਜੀ, ਇਹਦੇ ਮੱਥੇ ਪਟਾਈ ਆ। ਹਾਂਜੀ, ਤੇ ਇਹ ਵੀ ਰੋਮੀਓ ਤੋਂ, ਆਪਣੇ ਰੋਮੀਓ ਤੋਂ ਗੱਭਣਾ ਜੀ ਇਹ। ਠੀਕ ਹੈ ਜੀ, ਇਹ ਗੁਲਜ਼ਾਰ ਦਾ ਬੱਚਾ ਬਾਈ। ਅੱਛਾ, ਇਹ ਵੀ ਗੁਲਜ਼ਾਰ ਦਾ, ਇਹ ਵੀ ਆਪਾਂ ਪਰਚੇਜ਼ ਕੀਤਾ ਬਾਈ। ਠੀਕ ਆ, ਬੜਾ ਵਧੀਆ ਬਣਾਏ ਹੋਇਆ ਤੁਸੀਂ ਇਹ, ਹੈਨਾ। ਅੱਛਾ, ਇਹ ਬੱਚਾ ਜੀ, ਇਹ ਬਾਈ ਦੇਖੋ ਲਾਲ ਚੰਬੀ। ਠੀਕ ਹੈ, ਕੁੜੀ ਤੇ ਇਹ ਰੋਮੀਓ ਦਾ ਰਿਜ਼ਲਟ ਹੈ ਜੀ, ਇਹ ਬੱਚੀ ਆ ਜੀ। ਅੱਛਾ, ਇਹ ਬੱਚੀ ਆ ਗਈ, ਇਹਦਾ ਕੀ ਰੇਟ ਹੈ ਜੀ? ਇਹਦਾ ਵੀ ਰੇਟ ਹੋ ਗਿਆ। ਅੱਛਾ, ਵਾਹ ਜੀ, ਠੀਕ ਹੈ, ਦਿਖਾ ਵੀ ਆਪਾਂ। ਇੱਧਰ ਆ ਗਿਆ ਬੱਚਾ, ਹੈਨਾ, ਆ ਜਾ ਬੇਟਾ। ਇਹ ਹਾਈਟ ਹੂਟ ਰੋਮੀਓ ਦੇ ਬਰਾਬਰ ਕਰੋ। ਠੀਕ ਹੈ ਜੀ, ਠੀਕ ਹੈ, ਕੋਟੀ। ਅੱਛਾ ਜੀ, ਆ ਜਾ ਭਾਜੀ ਇੱਧਰ। ਇਹ ਉਹੀ ਦਾਨੇ ਦੀ ਬੱਚੀ ਆ ਗਈ ਵੀ, ਇਹਦੀ ਮਾਂ ਸਾਡੇ ਕੋਲ ਸੀ, ਮਊਆ ਸੀਗੀ। ਠੀਕ ਹੈ ਜੀ, ਇਹ ਦਾਨੇ ਦੀ ਬੱਚੀ ਹੈ ਭਾਜੀ। ਓਕੇ ਓਕੇ, ਇੱਧਰ ਭਾਜੀ। ਇਹ 골ਡਨ ਸਟਾਰ ਦੀ ਬੱਚੀ ਹੈ ਭਾਜੀ। ਅੱਛਾ ਜੀ, ਪੀਰ ਕਾਂਵੜੀਆ 골ਡਨ ਸਟਾਰ। ਹਾਂਜੀ ਹਾਂਜੀ, ਉਸ ਦੀ ਬੱਚੀ ਹੈ ਭਾਜੀ, ਔਰ ਰੋਮੀਓ ਤੋਂ ਗੱਭਣਾ 7 ਮਹੀਨੇ ਹੀ ਪ੍ਰੈਗਨੈਂਟ ਹੈ ਜੀ। ਠੀਕ ਹੈ ਭਾਜੀ, ਠੀਕ ਹੈ, ਠੀਕ ਹੈ ਭਾਜੀ। ਥੈਂਕ ਯੂ ਸਾਨੂੰ ਟਾਈਮ ਦੇਣ ਲਈ, ਬਹੁਤ ਖੁਸ਼ੀ ਹੋਈ ਤੁਹਾਡੇ ਫਾਰਮ ਤੇ ਅਸੀਂ ਆਏ। ਤੇ ਆਪਣੇ ਜਿਹੜੇ ਨਿਊ ਹੋਰਸ ਲਵਰ ਜੁੜੇ ਨੇ, ਉਹਨਾਂ ਨੂੰ ਇਹ ਹੁੰਦਾ, ਖਿੱਚ ਹੁੰਦੀ ਹੈ, ਕਿਉਂਕਿ ਅਬਰੋਡ ਤੋਂ ਬਹੁਤ ਬੰਦੇ ਮੇਰੇ ਚੈਨਲ ਤੇ ਜੁੜੇ ਹੋਏ ਆ ਜੀ। ਜੀ ਬਾਈ, ਉਹਨਾਂ ਨੂੰ ਹੁੰਦਾ ਵੀ ਬਾਈ ਜੀ ਨਿਊ ਫਾਰਮ ਤੇ ਜਾ ਕੇ ਦਿਖਾਓ ਸਾਨੂੰ, ਮਤਲਬ ਇੱਕ ਜਿਹੜੇ ਇੱਥੋਂ ਆਪਣੇ ਦੇਸ਼ ਤੋਂ ਦੂਰ ਨੇ, ਉਹਨਾਂ ਨੂੰ ਇੱਕ ਅਲੱਗ ਜਿਹਾ ਸਵਾਦ ਜਿਹਾ ਹੁੰਦਾ ਦੇਖ ਕੇ, ਕਿਉਂਕਿ ਜਿਹੜੇ ਜਿਹਦੇ ਬਲੱਡ 'ਚ ਘੋੜੇ ਦਾ ਜਿਹੜਾ ਸ਼ੌਂਕ ਹੈ ਨਾ, ਉਹ ਜਾਂਦਾ ਨਹੀਂ ਗਾ, ਉਹ ਪਛਤਾਨੀ ਦਰ ਪਛਤਾਨੀ ਚੱਲਦਾ ਹੁੰਦਾ। ਠੀਕ ਹੈ, ਜਿੱਦਾਂ ਕਿ ਤੁਹਾਡੇ ਵੀ ਹੈਗਾ, ਮੇਰੇ ਵੀ ਆ, ਹੋਰ ਵੀ ਹੈ ਨਾ, ਤੇ ਇਹ ਮੈਨੂੰ ਬਹੁਤ ਵਧੀਆ ਲੱਗਿਆ ਤੇ ਧੰਨਵਾਦ ਕਰਦੇ ਹਾਂ ਤੁਹਾਡਾ। ਓਕੇ ਜੀ, ਤੁਹਾਡੀ ਬਹੁਤ ਵੱਡੀ ਸੇਵਾ ਜੀ ਇਹ। ਥੈਂਕ ਯੂ ਬ੍ਰਦਰ, ਥੈਂਕ ਯੂ। ਠੀਕ ਹੈ ਜੀ, ਓਕੇ, ਕਰ ਦਈਏ ਵੀਡੀਓ ਦਾ ਐਂਡ। ਓਕੇ ਜੀ, ਮਿਲਦੇ ਹਾਂ ਆਪਾਂ ਕੋਈ ਨਵੀਂ ਵੀਡੀਓ ਨਾਲ। ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵੀ ਦਬਾ ਦਿਓ। ਜਿਨ੍ਹਾਂ ਨੇ ਮੇਰੇ ਚੈਨਲ ਦਾ ਸਬਸਕ੍ਰਾਈਬ ਕਰ ਰੱਖਿਆ ਔਰ ਬੈਲ ਆਈਕਨ ਚੈੱਕ ਨਹੀਂ ਕੀਤੀ, ਉਹ ਪਲੀਜ਼ ਚੈੱਕ ਕਰ ਲਓ, ਕਿਉਂਕਿ ਨੋਟੀਫਿਕੇਸ਼ਨ ਤੁਹਾਡੇ ਤੱਕ ਨਹੀਂ ਪਹੁੰਚੂਗੀ ਤਾਂ ਵੀਡੀਓ ਕਿਵੇਂ ਦੇਖੋਗੇ। ਤੇ ਮਿਲਦੇ ਹਾਂ ਕੋਈ ਨਵੀਂ ਵੀਡੀਓ ਨਾਲ। ਓਕੇ ਜੀ, ਬਾਏ ਬਾਏ ਔਰ ਸਤਿ ਸ੍ਰੀ ਅਕਾਲ।